ਉੱਥੇ ਸ਼ੋਅ ਕਰਦੀ ਆ ਉਹ ਚੈਨਲ ਨਾਲ ਜਿਹੜੇ ਚੈਨਲ ਨੇ ਆਪਣੇ ਕਿਸਾਨਾਂ ਨੂੰ ਆਪਣੇ ਸਿੱਖਾਂ ਨੂੰ ਅੱਤਵਾਦੀ ਕਿਹਾ ਖਾਲਿਸਤਾਨੀ ਕਿਹਾ ਇਹ ਉਹਨਾਂ ਨਾਲ ਜਾ ਕੇ ਸ਼ੋਅ ਕਰ ਰਹੀ ਆ। ਇੱਕ ਪਾਸੇ ਤਾਂ ਤੁਸੀਂ ਕਿਸਾਨ ਐਂਥਮ ਕਰ ਰਹੇ ਹੋ, ਹੈ ਕਿਸਾਨ ਕਿਸਾਨ ਕਰਦੇ ਹੋ, ਦੂਜੇ ਪਾਸੇ ਤੁਸੀਂ ਸ਼ੋਅ ਤੇ ਜਾ ਰਹੇ ਹੋ। ਸੇਮ ਜਸਵੰਤ ਭਾਜੀ ਤੇ ਆਪਣੇ ਰਣਜੀਤ ਬਾਵਾ ਜੀ, ਉਹਨਾਂ ਨੂੰ ਸ਼ੋਅ ਤੇ ਬੁਲਾਇਆ ਸੀ ਬਟ ਉਹਨਾਂ ਨੇ ਠੋਕ ਕੇ ਨਾ ਕੀਤੀ ਆ ਵੀ ਨਹੀਂ ਅਸੀਂ ਨਹੀਂ ਆਉਣਾ ਇੱਥੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਠੀਕ ਠਾਕ ਹੋ ਸਾਰੇ? ਮੇਰੇ ਤੇ ਤੁਸੀਂ ਬਾਅਦ 'ਚ ਜਾਇਓ, ਮੈਨੂੰ ਗਾਲਾਂ ਤੁਸੀਂ ਬਾਅਦ 'ਚ ਕੱਢ ਲਿਓ, ਬਟ ਮੈਂ ਤੁਹਾਡੇ ਨਾਲ ਨਾ ਇੱਕ ਗੱਲ ਕਰਨੀ ਸੀਗੀ। ਗੱਲ ਕਰਨੀ ਸੀ ਕਿ ਮੈਂ ਨਾ ਪਰਸੋਂ ਚੌਥੇ ਪੋਸਟ ਪਾਈ ਸੀ ਕਿਸਾਨਾਂ 'ਤੇ, ਕਿਸਾਨਾਂ 'ਤੇ ਮੈਨੇ ਪੋਸਟ ਪਾਈ ਸੀ, ਬਟ ਮੈਂ ਉਹਦੇ ਨੀਚੇ ਜਦੋਂ ਕਮੈਂਟ ਵੇਖੇ ਨਾ ਮੈਨੂੰ ਬੜਾ ਤਰਸ ਆਇਆ ਅਤੇ ਹਾਸਾ ਵੀ ਆਇਆ ਕਿ ਲੋਕ ਕਿੱਧਰ ਜਾ ਰਹੇ ਆ। ਨਾ ਮੈਂ ਧਰਨੇ 'ਤੇ ਕਿੰਨੀ ਵਾਰੀ ਜਾਇਆ ਜੀ, ਜਿੰਨੀ ਮੇਰੀ ਔਕਾਤ ਸੀ, ਜਿੰਨਾ ਜਿੰਨਾ ਮੈਂ ਕਰ ਸਕਦੀ ਸੀ, ਜਿੰਨੇ ਜੋਗੀ ਮੈਂ ਹੈਗੀ ਸੀ, ਮੈਂ ਧਰਨੇ 'ਤੇ ਜਾਇਆ ਜੀ, ਠੀਕ ਹੈ ਜੀ। ਅਤੇ ਮੈਂ ਹੁਣ ਵੀ ਦੋ ਚਾਰ ਵਾਰ ਜਾ ਕੇ ਆਈ ਹਾਂ, ਬਟ ਮੈਂ ਉਹ ਪੋਸਟ ਨਹੀਂ ਮੈਂ ਪਾਈ, ਦਿਖਾਇਆ ਨਹੀਂ ਕਿ ਮੈਂ ਹਾਂ ਜਾਇਆ ਹੀ ਜਾਇਆ, ਠੀਕ ਹੈ। ਉਹ ਮੇਰਾ ਫਰਜ਼ ਸੀਗਾ, ਉਹ ਮੇਰਾ ਫਰਜ਼ ਸੀ ਤਾਂ ਮੈਂ ਜਾ ਕੇ ਆਈ। ਅਤੇ ਰਹੀ ਗੱਲ ਕਿ ਜਿਹੜੀਆਂ ਕੁੜੀਆਂ ਧਰਨੇ ਨੂੰ ਸਪੋਰਟ ਕਰਦੀਆਂ ਆ ਉਹਨਾਂ ਨੂੰ ਤੁਸੀਂ ਇੰਨਾ ਗਲਤ ਬੋਲਦੇ ਹੋ ਕਿ ਇਹ ਫੇਮ ਲੈਣ ਲਈ ਜਾਂਦੀ ਹੈ, ਇਹ ਤਾਂ ਇਹਦਾ ਕੋਈ ਮਤਲਬ ਹੋਣਾ, ਇਹ ਤਾਂ ਧਰਨਿਆਂ 'ਤੇ ਜਾਂਦੀ ਆ, ਮਤਲਬ ਤੁਸੀਂ ਇੰਨਾ ਜ਼ਿਆਦਾ ਗਲਤ ਬੋਲਦੇ ਹੋ ਜਿਹੜੀਆਂ ਕੁੜੀਆਂ ਸਪੋਰਟ ਕਰਦੀਆਂ ਹੈ। ਅਸਲ ਦੇ ਵਿੱਚ ਜਿਹੜੀ ਕੁੜੀ ਤੁਹਾਡੇ ਤੋਂ ਮਤਲਬ ਲੈ ਕੇ ਤੁਹਾਡੇ ਪੰਜਾਬੀ, ਪਹਿਲਾਂ ਮੈਂ ਤੁਹਾਨੂੰ ਦੱਸਦਾ, ਮੈਂ ਗੱਲ ਕਰ ਰਹੀ ਹਾਂ ਸੋਨਮ ਬਾਜਵਾ ਦੀ, ਠੀਕ ਹੈ, ਮੈਂ ਸੋਨਮ ਬਾਜਵਾ ਦੀ ਗੱਲ ਕਰ ਰਹੀ ਹਾਂ, ਜਿਹੜੀ ਕੁੜੀ ਆਪਣਾ ਪੰਜਾਬੀ ਪਹਿਰਾਵਾ ਪਾ ਕੇ, ਆਪਣੇ ਪੰਜਾਬੀ ਗੀਤ ਕਰਕੇ, ਆਪਣੀ ਪੰਜਾਬੀ ਫਿਲਮਾਂ ਕਰਕੇ, ਜਿਹਨੂੰ ਤੁਸੀਂ ਸਟਾਰ ਬਣਾਇਆ, ਆਪਣੇ ਪੰਜਾਬ ਤੋਂ ਹਿੱਟ ਹੋ ਕੇ ਜਿਹਨੂੰ ਤੁਸੀਂ ਬਣਾਇਆ, ਉਹ ਕੁੜੀ ਅਸਲ ਦੇ ਵਿੱਚ ਜਿਹਨੇ ਆਪਾਂ ਨੂੰ ਧੋਖਾ ਦਿੱਤਾ ਆ, ਅਸਲ ਦੇ ਵਿੱਚ ਉਹ ਕੁੜੀ ਵਾਲਿਆਂ ਨਾਲ ਸ਼ੋਅ ਕਰ ਰਹੀ ਆ, ਇਹ ਉੱਥੇ ਸ਼ੋਅ ਕਰਦੀ ਆ ਉਹ ਚੈਨਲ ਨਾਲ ਜਿਹੜੇ ਚੈਨਲ ਨੇ ਆਪਣੇ ਕਿਸਾਨਾਂ ਨੂੰ ਆਪਣੇ ਸਿੱਖਾਂ ਨੂੰ ਅੱਤਵਾਦੀ ਕਿਹਾ ਖਾਲਿਸਤਾਨੀ ਕਿਹਾ, ਇਹ ਉਹਨਾਂ ਨਾਲ ਜਾ ਕੇ ਸ਼ੋਅ ਕਰ ਰਹੀ ਆ। ਉਹ ਜਿਹੜਾ ਸ਼ੋਅ ਆ ਉਹਨੂੰ ਹੋਸਟ ਕਰ ਰਹੀ ਆ, ਉਹ ਸ਼ੋਅ ਨੂੰ ਹੋਸਟ ਕਰ ਰਹੀ ਆ, ਅਤੇ ਆਪਣੇ ਜਿਹੜੇ ਨਹੀਂ ਉਹਨੂੰ ਤੁਸੀਂ ਬੜੀ ਇੱਜ਼ਤ ਦਿੰਦੇ ਹੋ, ਉਹਨੂੰ ਤੁਸੀਂ ਕਮੈਂਟ ਕਰਦੇ ਹੋ, ਹਾਂਜੀ ਮੈਡਮ ਜੀ, ਹਾਂਜੀ ਸਿਸਟਰ ਜੀ, ਹਾਂਜੀ ਫਲਾਣਾ, ਹਾਂਜੀ, ਹੈ ਨਾ, ਉਹਨੂੰ ਤੁਸੀਂ ਬੜੀ ਇੱਜ਼ਤ ਦਿੰਦੇ ਹੋ, ਨਾਲੇ ਕਿ ਉਹ ਕਿੰਨਾ ਗਲਤ ਕਰ ਰਹੀ ਆ। ਬਾਕੀ ਆਪਣੇ ਕਲਾਕਾਰ ਉੱਥੇ ਜਾ ਰਹੇ ਆ, ਆਪਣੇ ਜਿੰਨੇ ਵੀ ਵੀਰ ਭਰਾ ਸਿੰਗਰ ਆ, ਜਿੰਨੀਆਂ ਵੀ ਫੀਮੇਲਸ, ਮੇਲ ਫੀਮੇਲਸ ਸਾਰੇ ਉੱਥੇ ਸ਼ੋਅ 'ਤੇ ਜਾ ਕੇ ਆਏ ਨੇ। ਇੱਕ ਪਾਸੇ ਤਾਂ ਤੁਸੀਂ ਕਿਸਾਨ ਐਂਥਮ ਕਰ ਰਹੇ ਹੋ, ਹੈ ਕਿਸਾਨ ਕਿਸਾਨ ਕਰਦੇ ਹੋ, ਦੂਜੇ ਪਾਸੇ ਤੁਸੀਂ ਸ਼ੋਅ 'ਤੇ ਜਾ ਰਹੇ ਹੋ। ਜਾਂ ਤਾਂ ਤੁਸੀਂ ਕਿਸਾਨਾਂ ਦੀ ਸਪੋਰਟ ਨਾ ਕਰੋ, ਕਿਸਾਨ ਧਰਨੇ 'ਤੇ ਨਾ ਜਾਓ, ਇੰਨਾ ਦੋਗਲਾਪਣ ਕਾਹਦੇ ਲਈ, ਬੜੇ ਦੋਗਲੇ ਬੰਦੇ ਤੁਸੀਂ, ਤਾਂ ਉੱਧਰ ਵੀ ਤੁਸੀਂ ਫੋਰਮੈਲਿਟੀ ਕਰ ਰਹੇ ਹੋ, ਤੁਸੀਂ ਇੱਧਰ ਵੀ ਪੈਸੇ ਕਮਾ ਰਹੇ ਹੋ, ਦੋਗਲਾਪਣ ਹੀ ਹੋ ਗਿਆ ਨਾ ਇਹ ਤਾਂ। ਫਿਰ ਮੈਨੂੰ ਸਾਨੂੰ ਵੀ ਉਹਨਾਂ ਨੇ ਕਿੰਨੀ ਵਾਰੀ ਬੁਲਾਇਆ, ਠੀਕ ਹੈ ਸ਼ੋਅ 'ਤੇ, ਬਟ ਅਸੀਂ ਠੋਕ ਕੇ ਨਾ ਕੀਤੀ ਆ ਵੀ ਨਾ ਅਸੀਂ ਨਹੀਂ ਜਾਣਾ, ਕਿਉਂਕਿ ਸਾਨੂੰ ਪਤਾ ਉਹ ਚੀਜ਼ ਗਲਤ ਆ, ਅਸੀਂ ਨਹੀਂ ਕਰ ਸਕਦੇ। ਪੂਰੀ ਦੁਨੀਆਂ ਨੂੰ ਪਤਾ ਕਿ ਇਹ ਆਪਣਾ ਜਿਹੜਾ ਸ਼ੋਅ ਹੋਸਟ ਕਰ ਰਹੀ ਆ, ਪਰ ਹਿੰਮਤ ਨਹੀਂ ਕਿਸੇ ਦੀ ਬੋਲਣ ਦੀ। ਮੈਨੂੰ ਤਾਂ ਰਿਸਪੈਕਟ ਫੀਲ ਹੁੰਦੀ ਆ ਦੋ ਬੰਦਿਆਂ ਲਈ, ਮੇਰੇ ਦਿਲ ਦੇ ਵਿੱਚ ਬੜੀ ਜ਼ਿਆਦਾ ਇੱਜ਼ਤ ਵੱਧ ਗਈ ਆ, ਤਰਸੇਮ ਜੱਸੜ ਭਾਜੀ ਅਤੇ ਆਪਣੇ ਰਣਜੀਤ ਬਾਵਾ ਜੀ। ਉਹਨਾਂ ਨੂੰ ਸ਼ੋਅ 'ਤੇ ਬੁਲਾਇਆ ਸੀ ਬਟ ਉਹਨਾਂ ਨੇ ਠੋਕ ਕੇ ਨਾ ਕੀਤੀ ਆ ਵੀ ਨਹੀਂ ਅਸੀਂ ਨਹੀਂ ਆਉਣਾ ਇੱਥੇ, ਇਹ ਸ਼ੋਅ 'ਤੇ ਅਸੀਂ ਨਹੀਂ ਆਉਣਾ। ਚੰਗੀ ਗੱਲ ਆ ਜਿਹੜੇ ਨਹੀਂ ਗਏ ਹੈਗੇ, ਜਿਨ੍ਹਾਂ ਨੇ ਸਾਫ਼ ਜਵਾਬ ਦਿੱਤਾ, ਹੋਰ ਵੀ ਕਈਆਂ ਨੇ ਜਵਾਬ ਦਿੱਤਾ ਹੋਣਾ ਮੈਨੂੰ, ਪਰ ਪਤਾ ਨਹੀਂ, ਮੈਨੂੰ ਸਿਰਫ ਦੋ ਜਾਣਿਆਂ ਦਾ ਪਤਾ ਆ, ਅਤੇ ਚੰਗੀ ਗੱਲ ਆ ਉਹ ਨਹੀਂ ਗਏ ਹੈਗੇ। ਅਤੇ ਉਹ ਜਿਹੜੇ ਸਿੰਗਰ ਉੱਥੇ ਜਾ ਰਹੇ ਆ ਉਹਨਾਂ ਨੂੰ ਤੁਸੀਂ ਕਮੈਂਟ ਕਰਦੇ ਹੋ, ਵੀਰ ਜੀ, ਭੈਣ ਜੀ, ਕਦੇ ਤੁਹਾਡੀ ਹਿੰਮਤ ਪਈ ਆ, ਕਦੇ ਜੇ ਤੁਹਾਨੂੰ ਕੋਈ ਸਿੰਗਰ ਮਿਲਿਆ ਤੁਹਾਡੀ ਹਿੰਮਤ ਪਈ ਆ ਕਿਸੇ ਨੂੰ ਪੁੱਛਣ ਦੀ ਕਿ ਵੀਰੇ ਤੂੰ ਵਾਲਿਆਂ ਦੇ ਸ਼ੋਅ ਕਿਉਂ ਕਰਨ ਜਾਂਦਾ ਆ, ਕੀ ਰੀਜ਼ਨ ਆ, ਤੂੰ ਉੱਥੋਂ ਪੈਸੇ ਕਮਾਉਣਾ ਆ, ਇੱਕ ਪਾਸੇ ਤੂੰ ਕਿਸਾਨ ਕਿਸਾਨ ਕਰਦਾ ਆ, ਦੂਜੇ ਪਾਸੇ ਤੂੰ ਵਾਲਿਆਂ ਦੇ ਸ਼ੋਅ 'ਤੇ ਜਾ ਰਿਹਾ, ਪਰ ਨਹੀਂ ਤੁਹਾਡੀ ਹਿੰਮਤ ਨਹੀਂ ਪੈਂਦੀ, ਤੁਹਾਨੂੰ ਤਾਂ ਬਸ ਹੁੰਦਾ ਸਾਡੇ ਨਾਲ ਕੋਈ ਫੋਟੋ ਹੋ ਜੇ, ਸਾਡੀ ਸਨੈਪਚੈਟ ਬਣ ਜੇ, ਸਾਡਾ ਇੰਸਟਾਗ੍ਰਾਮ 'ਤੇ ਕੁਛ ਪੈ ਜੇ, ਹੈ ਨਾ, ਵੀ ਦੋ ਚਾਰ ਸਾਡੇ ਵਿਊ ਆ ਜਾਣ, ਬਟ ਹਿੰਮਤ ਕਿਸੇ ਦੀ ਨਹੀਂ ਪੈਂਦੀ। ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕੋਈ ਵੀ ਨਹੀਂ ਕਹਿੰਦਾ ਹੈਗਾ। ਕੀ ਬਣੂਗਾ ਆਪਣੇ ਲੋਕਾਂ ਦਾ, ਕੀ ਬਣੂਗਾ, ਤੁਸੀਂ ਗਲਤ ਨੂੰ ਸਪੋਰਟ ਕਰ ਰਹੇ ਹੋ। ਹੱਦ ਹੁੰਦੀ ਕਿਸੇ ਚੀਜ਼ ਦੀ, ਇੰਨਾ ਦੋਗਲਾਪਨ, ਇੰਨਾ ਦੋਗਲਾਪਨ।
ਜਿੰਨੇ ਜੋ ਕਿ ਅਸੀਂ ਹੈਗੇ ਸੀ ਅਸੀਂ ਜਾ ਕੇ ਆਏ ਹਾਂ, ਬਟ ਅਸੀਂ ਕਿਸੇ ਨਾਲ ਚੋਰੀ ਠੱਗੀ ਨਹੀਂ ਕੀਤੀ, ਅਸੀਂ ਕਿਸੇ ਨੂੰ ਧੋਖਾ ਨਹੀਂ ਦਿੱਤਾ। ਜੇ ਧਰਨੇ ਤੇ ਗਏ ਹਾਂ ਤਾਂ ਧਰਨੇ ਦੀ ਸਪੋਰਟ 'ਚ ਹੀ ਰਹੇ ਹਾਂ। ਇੱਦਾਂ ਸੋਨਮ ਬਾਜਵਾ ਵਾਂਗੂ ਅਸੀਂ ਇੱਦਾਂ ਸ਼ੋਅ ਨਹੀਂ ਕੀਤਾ ਓਪੋਜ਼ਿਟ ਹੋ ਕੇ ਵੀ ਇਹ ਆਪਣਾ ਇੱਧਰ ਵੀ। ਹਾਂ ਆਪਾਂ ਗੱਲ ਕਰ ਰਹੇ ਸੀਗੇ ਕਿ ਤੁਸੀਂ ਕਿੰਨੇ ਜ਼ਿਆਦਾ ਉਹਨਾਂ ਨੂੰ ਕਮੈਂਟ ਕਰਦੇ ਹੋ। ਇਹੀ ਕਮੈਂਟ ਮਿਲਾ ਕੇ ਜੇ ਕਿਸਾਨੀ ਦਾ ਹੈਸ਼ਟੈਗ ਲਾ ਕੇ ਆਪਣੇ ਟਵਿੱਟਰ 'ਤੇ ਕੀਤੇ ਜਾਣ, ਅਤੇ ਇਹ ਜਿਹੜਾ ਕਿਸਾਨੀ ਮੋਰਚਾ ਟਵਿੱਟਰ 'ਤੇ ਪਹਿਲੇ ਨੰਬਰ 'ਤੇ ਸੰਸਾਰ ਦੇ ਵਿੱਚ ਆਪਣਾ ਫਸਟ ਨੰਬਰ ਟ੍ਰੈਂਡਿੰਗ 'ਤੇ ਟਵੀਟ ਕਰ ਸਕਦਾ ਆ, ਬਟ ਨਹੀਂ, ਉਹ ਚੀਜ਼ 'ਤੇ ਆਪਾਂ ਕਰਨੀ ਨਹੀਂ ਹੈਗੀ। ਬਸ ਆਪਾਂ ਉਹ ਦੇਖਣਾ ਆ ਜੀ ਕੌਣ ਕੀ ਕਰ ਰਿਹਾ, ਕਿਹੜਾ ਸਿੰਗਰ ਕੀ ਕਰ ਰਿਹਾ, ਯੇ ਵੋ, ਹੈ ਨਾ। ਮਤਲਬ ਤੁਸੀਂ ਦੇਖੋ, ਇਹ ਨਹੀਂ ਕਹਿੰਦੇ ਕਿ ਤੁਸੀਂ ਆਹ ਚੀਜ਼ ਨਾ ਕਰੋ। ਮੈਂ ਤੁਹਾਨੂੰ ਕੋਈ ਰੋਕ ਨਹੀਂ ਲਗਾ ਰਹੀ ਅਤੇ ਨਾ ਮੇਰਾ ਕੋਈ ਹੱਕ ਬਣਦਾ ਆ। ਕਈ ਮੇਰੀ ਗੱਲ ਨਾਲ ਸਹਿਮਤ ਹੋਣਗੇ ਅਤੇ ਕਈ ਨਹੀਂ ਹੋਣਗੇ ਨਾ। ਮੈਂ ਜਸਟ ਇਹ ਕਹਿ ਰਹੀ ਹਾਂ ਕਿ ਤੁਸੀਂ ਉਹਨਾਂ ਨੂੰ ਪੁੱਛ ਤੇ ਸਕਦੇ ਹੋ ਕਿ ਤੁਸੀਂ ਜੀ ਵਾਲਿਆਂ ਦੇ ਕਿਉਂ ਗਏ। ਤੁਸੀਂ ਸਾਰੇ ਜਾਣੇ ਕਿਸਾਨਾਂ ਦੀ ਸਪੋਰਟ ਕਰਦੇ ਹੋ ਧਰਨਿਆਂ 'ਤੇ, ਤੁਸੀਂ ਕਿੰਨੇ ਆਪਣਾ ਕਿੰਨਾ ਯੂਥ ਦੇਖੋ ਉੱਥੇ ਜਾ ਕੇ ਆਇਆ ਹੈ ਨਾ, ਬਟ ਉਹ ਯੂਥ ਇਹਨਾਂ ਨੂੰ ਕਿਉਂ ਨਹੀਂ ਕਹਿੰਦਾ ਵੀ ਤੁਸੀਂ ਸ਼ੋਅ ਕਿਉਂ ਕਰ ਰਹੇ ਹੋ। ਸੋਨਮ ਬਾਜਵਾ ਨੂੰ ਕਿਉਂ ਨਹੀਂ ਕਿਹਾ ਜਾਂਦਾ ਕਿ ਤੂੰ ਉੱਥੇ ਜਾ ਕੇ ਸ਼ੋਅ ਕਿਉਂ ਪ੍ਰਮੋਟ ਕਰ ਰਹੀ ਆ। ਤੈਨੂੰ ਪੰਜਾਬੀਆਂ ਨੇ ਬਣਾਇਆ ਬਟ ਤੂੰ ਪੰਜਾਬੀਆਂ ਦੇ ਨਾਲ ਨਹੀਂ ਹੈਗੀ। ਸੋ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਇਹਨਾਂ ਨਾਲ ਬਾਈਕਾਟ ਕਰੋ, ਇਹਨਾਂ ਦੀ ਪੰਜਾਬੀ ਫਿਲਮਾਂ ਨਾਲ ਬਾਈਕਾਟ ਕਰੋ, ਇਹਨਾਂ ਦੇ ਪੰਜਾਬੀ ਗਾਣਿਆਂ ਨਾਲ ਬਾਈਕਾਟ ਕਰੋ, ਤਾਂ ਜੋ ਇਹਨਾਂ ਨੂੰ ਪਤਾ ਲੱਗੇ ਕਿ ਕਿਸਾਨਾਂ ਨਾਲ, ਸਿੱਖਾਂ ਨਾਲ, ਉਹਨਾਂ ਦੇ ਵਿਰੋਧੀਆਂ ਨਾਲ ਗੱਲ ਕਰਨ ਦਾ ਕੀ ਮਤਲਬ ਆ। ਕਿ ਆਪਣੇ ਲੋਕ ਇੱਦਾਂ ਹੀ ਨਹੀਂ ਹੈਗੇ ਉਹਨੂੰ ਇਹ ਚੀਜ਼ ਦਾ ਪਤਾ ਲੱਗੇ ਕਿ ਹਾਂ ਮੈਂ ਗਲਤ ਕੀਤਾ ਆ, ਤਾਂ ਕਰਕੇ ਮੈਨੂੰ ਪੰਜਾਬੀਆਂ ਨੇ ਇੱਦਾਂ ਬੋਲਿਆ, ਮੇਰੇ 'ਤੇ ਉਂਗਲ ਚੱਕੀ ਕਿਉਂਕਿ ਤੂੰ ਗਲਤ ਆ। ਉਹਨੂੰ ਇਹ ਚੀਜ਼ ਫੀਲ ਕਰਾਉਣੀ ਆ। ਇਹ ਕੋਈ ਇਕੱਲਾ ਬੰਦਾ ਤਾਂ ਕਰਾ ਨਹੀਂ ਸਕਦਾ ਜਾਂ ਦੋ ਚਾਰ ਬੰਦੇ ਨਹੀਂ ਕਰਾ ਸਕਦੇ। ਇਹਦੇ ਨਾਲ ਆਪਾਂ ਨੂੰ ਇੱਕਜੁੱਟ ਹੋ ਕੇ ਇਸ ਮੁੱਦੇ ਨੂੰ ਉਠਾਉਣਾ ਚਾਹੀਦਾ ਆ। ਸੋ ਇਹਨਾਂ ਦੀ ਪੰਜਾਬੀ ਫਿਲਮਾਂ ਨਾਲ ਬਾਈਕਾਟ ਕਰੋ, ਇਹਨਾਂ ਦੇ ਗਾਣਿਆਂ ਨਾਲ ਬਾਈਕਾਟ ਕਰੋ। ਧੰਨਵਾਦ।